ਦਾਸ ਇੱਕ ਨਾਲ ਬੇਨਤੀ ਕਰ ਦਵੇ ਦੇਖੋ ਅਜੋਕੇ ਸਮੇਂ ਦੇ ਵਿੱਚ ਭਾਰਤ ਵਰਸ਼ ਦੇ ਹੁਕਮਰਾਨਾਂ ਦੇ ਨਾਲ ਭਾਰਤ ਵਰਸ਼ ਦੇ ਜਿਹੜੇ ਬਸ਼ਿੰਦੇ ਨੇ ਨਾ ਲੋਕ ਨੇ ਕਿਸਾਨ ਨੇ ਉਹਨਾਂ ਦਾ ਘੋਲ ਚੱਲ ਰਿਹਾ ਹੈ ਹੁਣ ਇਸ ਘੋਲ ਦੇ ਦਰਮਿਆਨ ਆਪਾਂ ਦੇਖ ਰਹੇ ਹਾਂ ਸਿੱਖ Hindu ਈਸ਼ਾਈ ਮੁਸਲਮਾਨ ਸਾਰੇ ਹੀ ਦਿੱਲੀ ਦੇ ਵਿੱਚ ਮੋਰਚੇ ਤੇ ਬੈਠੇ ਨੇ ਜੋ ਗਲਤ ਕਾਨੂੰਨ ਭਾਰਤ ਵਰਸ਼ ਦੀ ਹਕੂਮਤ ਨੇ ਪਾਸ ਕੀਤੇ ਨੇ ਹੁਣ ਤੁਸੀਂ ਇਹਨਾਂ ਕਾਨੂੰਨਾ ਬਾਬਤ ਚੰਗੀ ਤਰ੍ਹਾਂ ਜਾਣਦੇ ਹੋ ਵੇਖੋ ਤਿੰਨ ਕਾਨੂੰਨ ਨੇ ਦਾ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਆਰਡੀਨੈਂਸ ਜਿਹਨੂੰ ਫਰੀ ਮਾਰਕੀਟ ਕਹਿ ਦਿੰਦੇ ਹੋ ਅਮਰੀਕਾ ਕੈਨੇਡਾ ਚ ਵੀ ਇਹ ਕਾਨੂੰਨ ਫੈਲ ਹੋ ਚੁੱਕਿਆ ਹੈ ਇਹ ਐਮਐਸਪੀ ਖਤਮ ਕਰਨ ਦਾ ਤਰੀਕਾ ਹੈ ਨਿਰਧਾਰਿਤ ਰੇਟ ਜੋ ਘੱਟ ਤੋਂ ਘੱਟ ਫਸਲ ਲਈ ਮਿਲਦਾ ਹੈ ਹੁਣ ਸਰਕਾਰ ਕੀ ਕਰ ਰਹੀ ਹੈ ਬਰਾਬਰ ਤੇ ਪ੍ਰਾਈਵੇਟ ਮੰਡੀਆਂ ਲਿਆ ਰਹੀ ਹੈ ਸਰਕਾਰੀ ਮੰਡੀ ਦੇ ਬਰਾਬਰ ਉਹਦੇ ਨਾਲ ਕੀ ਹੋਵੇਗਾ ਤੁਹਾਨੂੰ ਰੇਟ ਦੁੱਗਣਾ ਦਵੇਗਾ ਪੂੰਜੀਪਤੀ ਕਾਰਪੋਰੇਟ ਘਰਾਣਾ ਸਮਝਿਓ ਇਸ ਗੱਲ ਨੂੰ ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਸੋ ਮੋਚੀ ਦੁਨੀਆ ਦਾ ਹੈ ਉਹ ਪ੍ਰਾਈਵੇਟ ਮੰਡੀ ਚ ਰੇਟ ਵਧ ਦਵੇਗਾ ਮੰਡੀ ਵੀ ਸੋਹਣੀ ਬਣੀ ਹੋਵੇਗੀ ਸਰਕਾਰੀ ਮੰਡੀ ਚ ਕਿਸਾਨ ਸਾਰੀ ਦਿਹਾੜੀ ਖਾਪ ਜਾਂਦਾ ਮਾਲ ਤਲਾਉਂਦਾ ਤਲਾਉਂਦਾ ਕਟਾ ਮਿੱਟੀ ਪੈਂਦਾ ਹੈ ਬਰਾਬਰ ਤੇ ਪ੍ਰਾਈਵੇਟ ਮੰਡੀ ਏਸੀ ਲੱਗਾ ਹੋਵੇਗਾ ਉਹ ਕੰਡੇ ਤੋਂ ਕੱਢਣਗੇ ਟਰੈਕਟਰ ਟਰਾਲਾ ਤੁਹਾਡਾ ਮਾਲ ਤੋਲ ਕੇ ਆਖਣਗੇ ਜਾਓ ਜੀ ਕਰਨ ਨੂੰ ਜਾਓ ਰੇਟ ਵਧ ਦੇਣਗੇ ਤੁਹਾਡਾ ਮਨ ਡੋਲੇਗਾ ਵੀ ਸਰਕਾਰੀ ਮੰਡੀ ਚ ਭਾ 2000 ਤੇ 2500 ਦੇਣ ਤੁਸੀਂ ਪ੍ਰਾਈਵੇਟ ਮੰਡੀ ਨੂੰ ਤੁਰ ਪੈਣਾ 2-4 ਸਾਲ ਤੁਹਾਨੂੰ ਵੱਧ ਭਾ ਦੇਣਗੇ ਕਾਰਪੋਰੇਟ ਘਰਾਣੇ ਉਹਦੇ ਬਾਅਦ ਪਤਾ ਤੁਸੀਂ ਕੀ ਕਰਨਾ ਤੁਸੀਂ ਸਰਕਾਰੀ ਮੰਡੀ ਮਾਲ ਨਹੀਂ ਲੈ ਜਾਣਾ ਸਰਕਾਰ ਨੇ ਕਹਿਣਾ ਹੈ ਹੁਣ ਮੰਡੀ ਦਾ ਨੁਕਸਾਨ ਹੋ ਰਿਹਾ ਹੈ ਐਮਐਸਪੀ ਦੇ ਨਾਲ ਨਾਲ ਸਰਕਾਰੀ ਮੰਡੀ ਖਤਮ ਕਰ ਦਈਏ ਕਿਉਂਕਿ ਇੱਥੇ ਫਸਲ ਨਹੀਂ ਆ ਰਹੀ ਜਦੋਂ ਕੋਈ ਇਰਤ ਗਿਰਦ ਮੰਡੀ ਨਾ ਰਹੀ ਤੇ ਫਿਰ ਕਾਰਪੋਰੇਟ ਘਰਾਣੇ ਨੇ ਕਹਿਣਾ ਕਿਸਾਨਾਂ ਸਾਨੂੰ ਡਰ ਸੀ ਕਿਤੇ ਅਸੀਂ ਰੇਟ ਬਰਾਬਰ ਦਿੱਤਾ ਸਰਕਾਰੀ ਮੰਡੀ ਦੇ ਤੇ ਤੂੰ ਸਰਕਾਰੀ ਮੰਡੀ ਦੌੜੇਗਾ ਅਸੀਂ ਵੱਧ ਰੇਟ ਦਿੱਤਾ ਸੀ ਤੈਨੂੰ ਲਾਲਚ ਦਿੱਤਾ ਸੀ ਹੁਣ ਸਰਕਾਰੀ ਮੰਡੀ ਨਹੀਂ ਰਹੀ ਦੌੜਲਾ ਜਿੱਥੇ ਦੌੜਨਾ 2000 ਵਾਲਾ ਫਸਲ ਦਾ ਜਿਹੜਾ ਐਮਐਸਪੀ ਦਾ ਮੁੱਲ ਹੈ ਤੈਨੂੰ 1000 ਹੀ ਦੇਣਾ ਹੀ ਹੋਣਾ ਉਹ ਮਾਰੀਦਾ ਕਿਸਾਨ ਵੇਚੇਗਾ ਕਿਉਂਕਿ ਸਰਕਾਰੀ ਮੰਡੀ ਨਹੀਂ ਹੋਣੀ ਦੂਸਰਾ ਏਸੈਂਸ਼ੀਅਲ ਕਮੋਡਿਟੀ ਜ਼ਰੂਰੀ ਵਸਤੂਆਂ ਜਿਹੜੀਆਂ ਸੋਧ ਕੀਤੀ ਹੈ ਜਿਹੜਾ ਐਕਟ ਹੈ ਹੁਣ ਹੁੰਦਾ ਕੀ ਹੈ ਇਹ ਕਹਿੰਦੇ ਜਿੰਨੀ ਮਰਜ਼ੀ ਸਟੋਰੇਜ ਕਰ ਲਓ ਅੱਗੇ ਪਾਬੰਦੀ ਸੀ ਵੀ ਸਿਰਫ ਇੰਨਾ ਹੀ ਸਟੋਰ ਕਰ ਸਕਦੇ ਆ ਹੁਣ ਖੁੱਲ ਦੇ ਦਿੱਤੀ ਹੈ ਵੀ ਜਿੰਨਾ ਮਰਜ਼ੀ ਕਾਰਪੋਰੇਟ ਘਰਾਣੇ ਸਟੋਰ ਕਰ ਲੈਣ ਮੈਂ ਤੁਹਾਨੂੰ ਦੱਸ ਦਵਾਂ 100 ਏਕੜ ਵਾਲੇ ਕਿਸਾਨ ਕੋਲ ਵੀ ਪ੍ਰਬੰਧ ਨਹੀਂ ਹੈ ਵੀ ਉਹ ਸਟੋਰੇਜ ਕਰ ਸਕੇ ਸਟੋਰੇਜ ਕੌਣ ਕਰੇਗਾ ਵੱਡੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣੇ ਬੰਬੇ ਦੇ ਸੇਠ ਉਹ ਕਣਕ ਆਲੂ ਚਾਵਲ ਸਭ ਕੁਝ ਉਹਨਾਂ ਸਟੋਰ ਕਰ ਲੈਣਾ ਮਾਰਕੀਟ ਵਿੱਚੋਂ ਮੰਦੀ ਲਿਆਉਣਗੇ ਸਪਲਾਈ ਬੰਦ ਕਰ ਦੇਣਗੇ ਜਦੋਂ ਮਾਰਕੀਟ ਵਿੱਚ ਸਪਲਾਈ ਨਾ ਆਈ ਤੇ ਅਸੀਂ ਭੁੱਖੇ ਮਰਨਾ ਹੈ ਦੌੜੇ ਫਿਰਨਾ ਵੀ ਕਿਤੇ ਗੰਡੇ ਮਿਲ ਜਾਣ ਆਲੂ ਮਿਲ ਜਾਣ ਚੌਲ ਮਿਲ ਜਾਣ ਖਾਈਏ ਕੀ ਜਦੋਂ ਐਨ ਸ਼ਿਖਰਾਂ ਤੇ ਡਿਮਾਂਡ ਚਲੀ ਗਈ ਫਿਰ ਉਹ ਜਿਹੜੇ ਚੌਲ 100 ਰੁਪਏ ਨੂੰ ਨੇ ਉਹ 500 ਨੂੰ ਕਿਲੋ ਜਿਹੜੇ ਗੰਡੇ 100 ਨੂੰ ਨੇ ਉਹ 200 ਨੂੰ ਕਿਲੋ ਮਰਜ਼ੀ ਦੇ ਨਾਲ ਭਾਅ ਲਾਉਣਗੇ ਤੇ ਜਿਹੜੇ ਤੁਸੀਂ ਮਿਡਲ ਕਲਾਸ ਲੋਕ ਹੋ ਨਾ ਸੋਚਦੇ ਹੋ ਵੀ ਦੁਕਾਨਦਾਰ ਤੇ ਕੀ ਇਫੈਕਟ ਹੈ ਇਹ ਤੇ ਕਿਸਾਨਾਂ ਦਾ ਮਸਲਾ ਹੈ ਤੁਹਾਡੀ ਥਾਲੀ ਜਿਹੜਾ 50 ਰੁਪਈਆ ਦਾ ਭੋਜਨ ਅੱਜ ਪੱਕਦਾ ਹੈ ਉਹ 500 ਨੂੰ ਪੱਕੇਗਾ ਇਸ ਗੱਲ ਦਾ ਖਿਆਲ ਰੱਖਿਓ ਅੱਗੇ ਕਿਸਾਨ ਸਸਤਾ ਵੇਚਦਾ ਸੀ ਤੁਹਾਨੂੰ ਮਾਰਕੀਟ ਚੋਂ ਸਸਤਾ ਮਿਲਦਾ ਸੀ ਦੋਹਾਂ 5 ਰੁਪਈਆ ਦੀ ਜਿਹੜੀ ਛੱਲੀ ਹੈ ਨਾ ਕਿਸਾਨ ਵੇਚਦਾ ਹੈ ਉਹ 50 ਰੁਪਈਆ ਨੂੰ ਰਿਲਾਇੰਸ ਦੇ ਸਟੋਰ ਤੇ ਤੁਹਾਨੂੰ ਮਿਲਦੀ ਹੈ ਫਿਰ ਸਾਰੀ ਫਸਲ ਹੀ ਇਦਾਂ ਤੁਹਾਨੂੰ ਮਿਲੇਗੀ ਇਹ ਮੀਡਲ ਕਲਾਸ ਦੇ ਨਾਲ ਅਫੈਕਟ ਹੋਵੇਗੀ ਭਾਰਤ ਦੇ 80% ਲੋਕ 5 ਗੁਣਾ ਵੱਧ ਮੰਗਹਾਈ ਵਿੱਚ ਜਾ ਕੇ ਭੋਜਨ ਛਕਣਗੇ ਤਰਲੇ ਲੈਣਗੇ ਤੀਸਰਾ ਹੈ ਕੰਟਰੈਕਟ ਫਾਰਮਿੰਗ ਪਿੰਡਾਂ ਵਿੱਚ 50000 ਠੇਕਾ ਚੱਲਦਾ ਪੈਲੀ ਦਾ ਕਾਰਪੋਰੇਟ ਘਰਾਣੇ ਕਹਿਣਗੇ ਜੱਟਾ 1 ਲੱਖ ਰੁਪਈਆ ਚੁੱਕ ਪਰ 15 ਸਾਲ ਦਾ ਮੇਰੇ ਨਾਲ ਕੰਟਰੈਕਟ ਕਰ ਲੈ ਤੂੰ ਅਸੀਂ ਕਹਿਣਾ ਵੀ 50000 ਠੇਕਾ ਕਿਉਂ ਲੈਣਾ ਲੱਖ ਲਈਏ ਖਾਂ ਲਾਲਚ ਕਰਾਂਗੇ ਲਿਖਤ ਕਰ ਲੈਣੀ ਹੈ 15 ਸਾਲ ਦੀ ਲੱਖ ਰੁਪਏ ਨੂੰ ਪੈਲੀ ਅਸੀਂ ਠੇਕੇ ਤੇ ਦੇ ਬੈਣੀ ਹੈ 1 ਸਾਲ ਉਹ ਲੱਖ ਦਵੇਗਾ ਅਗਲੇ ਸਾਲ ਉਹਨੇ ਕੀ ਕਰਨਾ ਉਹਨੇ ਕਹਿਣਾ ਵੀ ਫਸਲ ਚੰਗੀ ਨਹੀਂ ਹੋਈ ਭਰਾਵਾ ਮੈਂ 20 ਹਜ਼ਾਰ ਦੇ ਸਕਦਾ ਅਸੀਂ ਆਖਾਂਗੇ ਤੂੰ ਲਿਖਤ ਕੀਤੀ ਹੈ ਮੈਂ ਪੰਚਾਇਤ ਸਦਨ ਲੱਗਾ ਪਿੰਡ ਵਿੱਚ ਹੁਣ ਕੀ ਉਹ ਬੰਬੇ ਵਾਲਾ ਛੇੜ ਤੁਹਾਡੀ ਪੰਚਾਇਤ ਚਾਵੇਗਾ ਉਹ ਕੀ ਸਮਝਦਾ ਹੈ ਤੁਹਾਡੇ ਪਿੰਡ ਦੇ ਸਰਪੰਚ ਨੂੰ ਦੂਜੀ ਆਪਸ਼ਨ ਤੁਸੀਂ ਕਹਿਣਾ ਮੈਂ ਥਾਣੇ ਚੱਲਿਆ ਮੈਂ ਪੁਲਿਸ ਕੋਲ ਚੱਲਿਆ ਕੀ ਥਾਣੇ ਦਾ ਐਸ ਐਚਓ ਤੁਹਾਡੀ ਸੁਣੇਗਾ ਕਿ ਉਹ ਪੂੰਜੀਪਤੀ ਦੀ ਸੁਣੇਗਾ ਜਿਹੜਾ ਦੇਸ਼ ਦੀ ਸਰਕਾਰ ਬਣਾ ਸਕਦਾ ਹੈ ਕਰੋੜਾਂ ਰੁਪਏ ਲਾ ਕੇ ਤੀਜੀ ਆਪਸ਼ਨ ਤੁਹਾਡੇ ਕੋਲ ਕੀ ਹੈ ਗੁੱਸੇ ਵਿੱਚ ਆ ਕੇ ਆਖੋਗੇ ਮੈਂ ਗਲ ਪੈਣਾ ਹੈ ਸਟੋਰੇਜ ਵਾਲਿਆਂ ਦੇ ਜਿੰਨਾ ਕੰਟਰੈਕਟ ਕੀਤਾ ਹੈ ਮੇਰੇ ਸਾਈਨ ਕਰਾਏ ਨੇ ਉਹ ਹੱਥ ਜੋੜ ਦੇਣਗੇ ਭਾਈ ਜੀ ਅਸੀਂ ਵੀ ਨੌਕਰਾਂ ਬੰਬੇ ਵਾਲੇ सेठ ਦੇ ਉਹਨੂੰ ਪੁੱਛੋ ਜਾ ਕੇ ਚੌਥੀ ਆਪਸ਼ਨ ਕੀ ਹੈ ਤੁਸੀਂ ਆਖੋਗੇ ਮੈਂ ਕੋਰਟ ਚੱਲਿਆ ਤੇ ਸਰਕਾਰ ਨੇ ਤੁਹਾਡੇ ਹੱਥ ਪਹਿਲਾਂ ਹੀ ਵੱਢ ਲਏ ਨੇ ਕਾਨੂੰਨ ਨਾਲ ਕੋਰਟ 'ਚ ਤੁਸੀਂ ਨਹੀਂ ਜਾ ਸਕਦੇ ਤੁਸੀਂ ਜਾਓਗੇ ਡੀਸੀ ਦੇ ਐਸਡੀਐਮ ਦੇ ਮੈਨੂੰ ਦੱਸੋ ਵੀ 5 ਏਕੜ ਵਾਲੇ ਗਰੀਬ ਕਿਸਾਨ ਦੀ ਸੁਣੇਗਾ ਡਿਪਟੀ ਕਮਿਸ਼ਨਰ ਕੇ ਬੰਬੇ ਦੇ ਵੱਡੇ ਸੇਠ ਦੀ ਸੁਣੇਗਾ ਓਏ ਉਹ ਲੱਖਾਂ ਰੁਪਈਆ ਟੇਬਲ ਤੇ ਛੁੱਟੇਗਾ ਤੂੰ ਕੀ ਦੇ ਸਕਦਾ ਹੈ ਗਰੀਬ ਬੰਦਾ ਦੱਸ ਜਿੱਥੇ ਮਾਇਆ ਹੈ ਨਿਆਂ ਵੀ ਉਧਰ ਨੂੰ ਹੀ ਝੁਕੇਗਾ ਇਹ ਆ ਕੰਟਰੈਕਟ ਫਾਰਮਿੰਗ ਫਿਰ ਤੁਸੀਂ ਆਖਣਾ ਅੱਛਾ ਜੀ ਹੁਣ 20000 ਹੀ ਮਿਲੇਗਾ ਪੈਸੇ ਨਹੀਂ ਵੱਧ ਸਕਦੇ ਉਹਨੇ ਕਹਿਣਾ ਨਹੀਂ ਤੁਸੀਂ ਕਹਿਣਾ ਮੇਰੀ ਜਗਾ ਛੱਡ ਦੇ ਤੂੰ ਜ਼ਮੀਨ ਛੱਡ ਦੇ ਉਹਨੇ ਕਹਿਣਾ ਭਾਈ ਨਹੀਂ ਤੂੰ 15 ਸਾਲ ਦਾ ਕੰਟਰੈਕਟ ਕੀਤਾ ਹੈ ਤੂੰ ਜ਼ਮੀਨ ਨਹੀਂ ਲੈ ਸਕਦਾ ਫਿਰ ਪਤਾ ਕੀ ਕਰੇਗਾ ਕਿਸਾਨ ਹੱਥ ਜੋੜੇਗਾ ਮੈਨੂੰ ਜੋ ਦੇਣਾ ਹੈ ਦੇ ਦਿਓ ਮੇਰੀ ਜ਼ਮੀਨ ਲੈ ਲਵੋ ਇਦਾਂ ਹਜ਼ਾਰਾਂ ਏਕੜ ਖਰੀਦ ਕੇ ਕਾਰਪੋਰੇਟ ਘਰਾਣੇ ਕਿਉਂਕਿ ਐਗਰੀਕਲਚਰ ਇਨਕਮ ਤੇ ਟੈਕਸ ਨਹੀਂ ਹੈ ਆਪਦਾ ਬਲੈਕ ਮਨੀ ਵਾਈਟ ਕਰਨਗੇ ਇਸ ਇਨਕਮ ਦੇ ਥਰੂ ਮਰਜ਼ੀ ਨਾਲ ਭਾਅ ਰੱਖਣਗੇ ਫਸਲਾਂ ਦੇ ਤੁਹਾਨੂੰ 5 ਗੁਣਾ ਵੱਧ ਮਾਇਆ ਦੇ ਕੇ ਭੋਜਨ ਸ਼ਕਣਾ ਪਵੇਗਾ ਹਾ ਹਕਾਰ ਮਚੇਗੀ ਭਾਰਤ ਵਰਸ਼ ਅੰਦਰਤਾ ਮੈਂ ਕਹਿੰਦਾ ਹਾਂ ਵੀ ਇਹ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਇਹ ਤੁਹਾਡਾ ਭਾਰਤ ਵਰਸ਼ ਦੇ ਲੋਕਾਂ ਦਾ ਅੰਦੋਲਨ ਹੈ ਪੂੰਜੀਪਤੀਆਂ ਨੇ ਪੈਸਾ ਲਾ ਕੇ ਭਾਰਤ ਦੀ ਸਰਕਾਰ ਬਣਾਈ ਹੈ ਔਰ ਇਹ ਧੂਣਾ ਕਰਕੇ ਉਹਨਾਂ ਨੂੰ ਮੋੜ ਰਹੇ ਨੇ ਵੀ ਤੁਸੀਂ ਐਗਰੀਕਲਚਰ ਇਨਕਮ ਬਣਾਓ ਹਜ਼ਾਰਾਂ ਏਕੜ ਚ ਫਾਰਮਿੰਗ ਕਰੋ ਤੁਹਾਨੂੰ ਟੈਕਸ ਨਹੀਂ ਲੱਗੇਗਾ ਜਦੋਂ ਕਰੋੜਾ ਰੁਪਈਆ ਪੂੰਜੀ ਪਤੀਆਂ ਨੂੰ ਕਾਰਪੋਰੇਟ ਕਰਾਣਿਆਂ ਨੂੰ ਟੈਕਸ ਬਚੇਗਾ ਤੇ ਉਹ ਅੱਧਾ ਸਰਕਾਰ ਨੂੰ ਉਦਾਂ ਹੀ ਗੱਫਾ ਦੇਣਗੇ ਵੀ ਚਲੋ ਅਗਲੀ ਇਲੈਕਸ਼ਨ ਚ ਖਰਚ ਕਰ ਲਵੋ ਇਹ ਗੇਮ ਇਹ ਚੱਲ ਰਹੀ ਹੈ ਤੁਹਾਡੇ ਗਰੀਬਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਔਰ ਜਿਹੜੇ ਇਸ ਲਹਿਰ ਨੂੰ ਖਾਲਿਸਤਾਨ ਦੇ ਨਾਮ ਤੇ ਬਦਨਾਮ ਕਰ ਰਹੇ ਨੇ ਨੈਸ਼ਨਲ ਮੀਡੀਏ ਵਾਲੇ ਮੈਂ ਉਹਨਾਂ ਨੂੰ ਦੱਸ ਦਵਾਂ ਖਾਲਿਸਤਾਨ ਦਾ ਹਵਾ ਨਾ ਲੋਕਾਂ ਨੂੰ ਦਿਖਾਓ ਖਾਲਸਾ ਰਾਜ ਦੀ ਗੱਲ ਦੱਸਾਂ 17 ਵਾਰ ਖਾਲਸਿਆਂ ਦਿੱਲੀ ਜਿੱਤੀ ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਐ ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤੇ ਤੁਹਾਡੇ ਕੋਲ ਤਖਤ ਨਾ ਹੁੰਦਾ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਪੂੰਜੀ ਪਤੀਆਂ ਕੋਲੋਂ ਪੈਲੀਆਂ ਖੋ ਕੇ ਗਰੀਬਾਂ ਨੂੰ ਕਿਸਾਨਾਂ ਨੂੰ ਦਵਾਈਆਂ ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਹਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੁਣਾਂ ਦਿੱਲੀ ਜਿੱਤੀ ਪੂੰਜੀ ਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ ਫਿਰ ਪੰਜਾਬ ਦਾ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ ਖਾਲਸੇ ਦਾ ਰਾਜ ਵੇਖੋ ਹਰਮੰਦਰ ਸਾਹਿਬ ਤੇ ਸੋਨਾ ਲਾ ਕੇ ਨਾਲ Hindu ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ ਮਸਜਿਦਾਂ ਬਣਾ ਕੇ ਦਿੱਤੀਆਂ ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ ਕਾਲ ਪੈ ਗਿਆ ਅੱਜ ਦੀ ਸਰਕਾਰ ਗਦਾਮ ਨੂੰ ਜਿੰਦਰੇ ਲਾ ਲਈ ਐ ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਪੰਡਾ ਭਰ ਕੇ ਗਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰਾਂ ਹੀ ਪਹੁੰਚਾਈਆਂ ਐ ਐਸਾ ਦਰਿਆਦਿਲ ਰਾਜਾ ਇਹ ਐ ਹਲੇਮੀ ਰਾਜ ਉਹ ਐਡਾ ਵੱਡਾ ਰਾਜਾ ਸੀ ਇੱਕ ਬੀਬੀ ਨਾ ਲੋਹੇ ਦਾ ਤਵਾ ਲੈ ਕੇ ਨਾ ਉਹਦੇ ਪੈਰਾਂ ਨਾਲ ਘਸਾਵੇ ਕਹਿੰਦਾ ਬੁੱਢੀ ਮਾਈ ਇਹ ਕੀ ਕਰਦੀ ਐ ਮਾਂ ਪੈਰਾਂ ਨੂੰ ਤੇ ਮੈਂ ਤੇਰੇ ਹੱਥ ਲਾਵਾਂ ਤੂੰ ਮੇਰੀ ਮਾਂ ਐ ਕਹਿੰਦੀ ਰਾਜਾ ਮੈਂ ਸੁਣਿਆ ਤੂੰ ਪਾਰਸ ਹੈ ਜਿਹੜਾ ਤੇਰੇ ਨਾਲ ਛੂ ਜਾਂਦਾ ਹੈ ਸੋਨਾ ਬਣ ਜਾਂਦਾ ਹੈ ਖੇੜੇ ਵਿੱਚ ਆਇਆ ਰਾਜਾ ਕਹਿੰਦਾ ਉਹ ਬੁੱਢੀ ਮਾਈ ਦਾ ਤਵਾ ਤੋਲੋ ਇਸ ਲੋਹੇ ਦੇ ਤਵੇ ਦੇ ਬਦਲੇ ਸੋਨਾ ਭਰ ਕੇ ਦੇ ਦਿਓ ਇਹਨੂੰ ਮੋਹਰੇ ਭਰ ਕੇ ਦੇ ਦਿਓ ਇਸ ਨੂੰ ਇਹ ਹੈ ਹਲੇਮੀ ਰਾਜ ਇਹ ਹੈ ਖਾਲਸੇ ਦਾ ਰਾਜ ਖਾਲਸੇ ਦਾ ਰਾਜ ਕੋਈ ਰਾਈਫਲਾਂ ਦਾ ਰਾਜ ਨਹੀਂ ਕੋਈ ਅਤਵਾਦ ਦਾ ਰਾਜ ਨਹੀਂ ਇਹ ਲੋਕ ਬਦਨਾਮ ਕਰ ਰਹੇ ਨੇ ਭਾਰਤ ਵਰਸ਼ ਦੇ ਕਾਨੂੰਨ ਥਲੇ ਜਿੱਥੇ ਭਾਰਤ ਦੇ ਕਿਸਾਨ ਦਬੇ ਗਏ ਅੱਜ ਪੰਜਾਬ ਦੇ ਸਿੱਖਾਂ ਆਵਾਜ਼ ਉਠਾਈ ਤੇ ਸਾਡੇ ਹਿੰਦੂ ਵੀਰ ਰਾਜਸਥਾਨ ਦੇ ਨੇ ਚਾਹੇ ਮੁਸਲਮਾਨ ਵੀਰ ਚਾਹੇ ਈਸਾਈ ਨੇ ਬਿਹਾਰ ਦੇ ਨੇ ਜੂਪੀ ਦੇ ਨੇ ਹਰਿਆਣੇ ਦੇ ਨੇ ਸਾਰੇ ਨਾਲ ਚੱਲ ਪਏ ਨੇ ਇਹ ਲਹਿਰ ਭਾਰਤ ਵਰਸ਼ ਦੇ ਕਿਸਾਨਾਂ ਦੀ ਲਹਿਰ ਬਣ ਗਈ ਹੈ ਇੱਕ ਧਰਮ ਦੀ ਨਹੀਂ ਜੇ ਰਾਜਾ ਰਣਜੀਤ ਸਿੰਘ ਬਾਗ ਰਾਜ ਕਰਨਾ ਹੈ ਤੇ ਉਹਦਾ ਜੀਵਨ ਪੜੋ ਅੱਜ ਦੇ ਹੁਕਮਰਾਨੋਂ ਖਾਲਸੇ ਦਾ ਰਾਜ ਸੀ ਸਭ ਸੁਖਾਲੀ ਵੁਠੀਆਂ ਇਹੋ ਹੋਆ ਹਲੇਮੀ ਰਾਜ ਜਿਉ ਹਲੇਮੀ ਰਾਜ ਜਿੱਥੇ ਸਾਰੇ ਧਰਮਾਂ ਦੇ ਲੋਕ ਖੁਸ਼ ਰਹਿਣ ਇਹ ਖਾਲਸੇ ਦਾ ਰਾਜ ਸੀ ਜੇ ਰਾਜ ਕਰਨਾ ਹੈ ਤੇ ਖਾਲਸਿਆਂ ਵਾਂਗ ਕਰੋ ਅਸੀਂ ਇਕੱਲਾ ਰਾਜ ਕੁਰਸੀ ਤੇ ਹੀ ਨਹੀਂ ਕੀਤਾ ਲੋਕਾਂ ਦੇ ਦਿਲਾਂ ਵਿੱਚ ਵੀ ਸਾਡੇ ਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਐ ਐਸਾ ਰਾਜ ਚਾਹੀਦਾ ਐ ਲੋਕਾਂ ਦਾ ਸੋ ਇੱਥੇ ਲੰਗਰਾਂ ਦੇ ਵਿੱਚ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਸਮੂਹ ਧਾਰਮਿਕ ਸੰਪਰਦਾਵਾਂ ਬੜੀਆਂ ਬੜੀਆਂ ਐਨ ਜੀਓਸ ਲੰਗਰ ਚਲਾ ਰਹੀਆਂ ਨੇ ਦਿੱਲੀ ਦੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਲੋਕ ਇਹਨੇ ਖੁਸ਼ ਨੇ ਕਹਿੰਦੇ ਮੋਰਚਾ ਲੰਮਾ ਚੱਲਣਾ ਚਾਹੀਦਾ ਸਾਡੇ ਨਿਆਣਿਆਂ ਨੂੰ ਰੱਜ ਕੇ ਰੋਟੀ ਮਿਲ ਰਹੀ ਹੈ ਉਸ ਦਿਨ ਦੀ ਓਏ ਅੱਜ ਤੁਸੀਂ ਕਹਿੰਦੇ ਹੋ ਆਈਐਸਆਈ ਫਲਾਨੀ ਟਮਕਾਨੀ ਏਜੰਸੀ ਨੇ ਪੈਸਾ ਦਿੱਤਾ ਕਿਸਾਨਾਂ ਨੂੰ ਲੰਗਰ ਲਾਉਣ ਲਈ ਮੈਂ ਹੈਰਾਨ ਹਾਂ ਜਦੋਂ ਕੋਵਿਡ-19 ਸਾਰੀ ਦੁਨੀਆ ਦੇ ਧਾਰਮਿਕ ਸਥਾਨ ਪਬਲਿਕ ਪ੍ਰਾਈਵੇਟ ਸੈਕਟਰ ਬੰਦ ਸੀ ਸਾਡੇ ਗੁਰਧਾਮਾ ਨੇ ਘਰ-ਘਰ ਤੁਹਾਡੇ ਲੰਗਰ ਪਹੁੰਚਾਇਆ ਉਦੋਂ ਨਾ ਇਹ ਏਜੰਸੀਆਂ ਦਾ ਪੈਸਾ ਲੱਗਾ ਤੁਹਾਨੂੰ ਉਦੋਂ ਤੇ ਚਪਾਕੇ ਮਾਰ ਕੇ ਖਾਂਦੇ ਸੀ ਅੱਜ ਜੇ ਅਸੀਂ ਆਪਣੇ ਲਈ ਕੁਝ ਮੰਗ ਰਹੇ ਆਂ ਇਸ ਦੇਸ਼ ਦੇ ਵਸਿੰਦੇ ਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਸਿੱਖਾਂ ਦੀਆਂ ਕੁਰਬਾਨੀਆਂ ਤੁਹਾਡੇ ਨਾਲੋਂ ਵੱਧ ਤਖਤ ਤੇ ਬਹਿਣ ਵਾਲਿਓ ਸਾਡਾ ਦੇਸ਼ ਤੇ ਹੱਕ ਹੈ ਜੇ ਹੱਕ ਮੰਗਦੇ ਆਂ ਤੇ ਅਤਵਾਦੀ ਹੋ ਗਏ ਸੋ ਇਹ ਹਲੇਮੀ ਰਾਜ ਨਹੀਂ ਹੈ ਹਲੇਮੀ ਰਾਜ ਇਹ ਜੇ ਭਾਰਤ ਮਾਤਾ ਹੈ ਤੇ ਬੁਰਕੀਏ ਸਾਰੇ ਪੁੱਤਰਾਂ ਨੂੰ ਇੱਕੋ ਜੀਤ ਦਵੇ ਸੋ ਇਸ ਗੱਲ ਦਾ ਜ਼ਿਹਨ ਵਿੱਚ ਖਿਆਲ ਰੱਖਿਓ ਇਹ ਲੰਗਰ ਖਾਲਸੇ ਦੇ ਚੱਲ ਰਹੇ ਨੇ ਇਹ ਸਮੁੱਚੇ ਭਾਰਤ ਦਾ ਸੰਘਰਸ਼ ਹੈ ਤੁਸੀਂ ਸਾਰਿਆਂ ਸਾਥ ਦੇਣਾ ਹੈ ਮਹਾਰਾਜ ਫਤਿਹ ਬਖਸ਼ੇ